ਬਸ ਕਰ ਯਾਰ। ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਆ? ਉਮੀਦ ਹੈ ਤੁਸੀਂ ਸਾਰੇ ਖੈਰ ਖਰੀਅਤ ਨਾਲ ਹੋਵੋਗੇ। ਤੇ ਅੱਜ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਜੀ ਕਾਰਨਾਮੇ ਟਰੈਕਟਰਾਂ ਦੇ। ਗਰਮੀ ਸ਼ੁਰੂ ਹੋ ਗਈ ਆ ਤੇ ਨਾਲ ਹੀ ਟਰੈਕਟਰਾਂ ਨੇ ਕੰਮ ਪਾਉਣੇ ਵੀ ਸ਼ੁਰੂ ਕਰ ਦਿੱਤੇ ਆ। ਤੁਹਾਨੂੰ ਦਿਖਾਉਂਦੇ ਹਾਂ ਇੱਕ 240 ਮੈਸੀ ਟਰੈਕਟਰ, ਇਹਨੇ ਬੜਾ ਕੰਮ ਪਾਇਆ ਵਾ। ਆਹ ਜੀ 240 ਮੈਸੀ, ਇਹ ਸਾਰਾ ਪਿਆ ਜੀ ਖੁੱਲਾ, ਵੇਖ ਲਓ ਇੰਜਣ ਇਹਦਾ। ਇਹਨੇ ਜਨਾਬ ਨਾਲ ਟਰਾਲੇ ਤੇ ਆਉਂਦੇ ਪਿਆ ਨੇ, ਇੱਟਾਂ ਟਰਾਲੇ ਤੇ ਚੱਲਦਾ ਵਾ। ਤੇ ਐ ਨੇ ਤੋੜੀ ਕਰੈਂਕ ਤੇ ਨਾਲ ਆ ਭਾਈ ਉਹਨਾਂ ਦਾ ਬਿਸਟਨ ਵੀ ਨਾਲ ਗਿਆ। ਤਾਂ ਬਿਸਟਨ ਵੀ ਆ ਵੇਖ ਲਓ, ਐ ਕਰੈਂਕ ਦਾ ਇੱਕ ਪੀਸ ਆ ਪਿਆ ਜੀ, ਇਹਨਾਂ ਨੇ ਤਮੋਛਾ ਪਾਇਆ, ਆਹ ਦੇਖ ਲਓ। ਤੇ ਟਰੈਕਟਰ ਸਾਰਾ ਪਿਆ ਖੁੱਲ੍ਹਾ ਜੀ ਵਰਕਸ਼ਾਪ ਉੱਤੋਂ ਹੈਗੇ ਕੰਮ ਦੇ ਦਿਨ, ਹਰ ਬੰਦੇ ਦਾ ਰੋਜ਼ੀ ਦਾ ਸੀਜ਼ਨ ਆ ਜੀ। ਤੇ ਇਹ ਹੁਣ ਵਰਕਸ਼ਾਪ ਆਇਆ ਪਿਆ, ਇਹ ਫੰਜਣ ਬਣ ਗਿਆ ਚੰਗਾ ਭਲਾ। ਉਸਤਾਦ ਜੀ ਕਿੰਨੇ ਕੁ ਦਾ ਖਰਚਾ ਬਣ ਜਾਣਾ ਇਹ ਫੰਜਣ? 70-80 ਹਜ਼ਾਰ ਦਾ ਟੀਕਾ ਲੱਗ ਗਿਆ ਖੜੇ ਪੈਰੀ ਜ਼ਿਮੀਂਦਾਰਾਂ ਨੂੰ। ਅਤੇ ਇੱਥੇ ਹਰ ਬੰਦਾ ਕਹਿੰਦਾ ਜੀ ਜ਼ਿਮੀਂਦਾਰ ਬੜਾ ਚੰਗਾ, ਤਾਂ ਜ਼ਿਮੀਂਦਾਰ ਆਇਆ ਤਾਂ ਜ਼ਿਮੀਂਦਾਰ ਖਾ ਗਿਆ। ਇਹ ਬੜੇ ਨੁਕਸਾਨ ਵੀ ਹੁੰਦੇ ਜੀ ਆ ਗੱਡੀਆਂ ਚੱਲਦੀਆਂ ਰੋਡ 'ਤੇ। ਅਤੇ ਇਹ ਗਲਤੀ ਉਸਤਾਦ ਜੀ ਕੀ ਵਜ੍ਹਾ ਕੀ ਬਣੀ? ਹੈਂ, ਸਿੱਧੇ ਰੋਡ ਤੇ ਸਾਫ ਰੋਡ ਤੇ ਟੁੱਟ ਗਈ ਪੱਧਰੇ ਦੇ ਤੋੜ ਕੇ ਕਰੰਕ ਰੁੰਕ ਦੇ ਨਾਲ ਪਿਸਟਨ ਵੀ ਸਾਰਾ ਇੰਜਣ ਖਲਾ ਖਲੂ ਕੇ ਰੱਖ ਦਿੱਤਾ। ਤੇ ਆਉਣਾ ਲੱਗੇ ਖੜੇ ਆ ਜੀ ਟਰੈਕਟਰ ਵਰਕਸ਼ਾਪ 'ਚ, ਹੋਰ ਵੀ ਦੋ ਤਿੰਨ ਖੜੇ, ਇੱਕ 35 ਖੜਾ ਵਾ, ਉੱਧਰ ਵੀ ਇੱਕ 40 ਖੜਾ ਵਾ। ਇਹਦੀ ਅਸੈਂਬਲੀ ਕਰਾ ਰਹੇ? ਸਹੀ ਸਰ। ਤਾਂ ਦੋਸਤੋ ਦੇਖ ਲਓ, ਇਹ ਧਿਆਨ ਰੱਖਿਆ ਕਰੋ ਆਪਣੀਆਂ ਗੱਡੀਆਂ ਦਾ। ਵੈਸੇ ਮੋਬਾਇਲ ਮਬਲੂਲ ਵੀ ਬਦਲ ਅਤੇ ਅੱਗੇ ਪਿੱਛੇ ਹਰ ਸ਼ਾਇ ਮੇਨਟੇਨੈਂਸ ਪੂਰੀ ਰੱਖੋ। ਗਰਮੀ ਬਹੁਤ ਆ, ਰੈਡੀਏਟਰਾਂ ਦਾ ਪਾਣੀ ਵੀ, ਟਰੈਕਟਰ ਫੀਅਟ ਹੀ ਬੜੇ ਗਏ, ਸਾਡੇ ਗੈਸਕਟ ਸੜਨ ਦੇ ਆ ਅਤੇ ਫਿਰ ਮੈਸੀ ਆ। ਅਤੇ ਇਹਦੇ ਨਾਲ ਹੀ ਚਾਹੁੰਦੇ ਅਸੀਂ ਇਜਾਜ਼ਤ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੀਓ, ਵੀਡੀਓ ਨੂੰ ਲਾਈਕ ਕਰੀਓ, ਦੁਆਵਾਂ 'ਤੇ ਯਾਦ ਰੱਖਿਓ। ਅੱਲਾ ਹਾਫਿਜ਼।